ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬ ਸਟਾਰ ਟੀਵੀ। ਮੈਂ ਸੁਖਪਾਲ ਸਿੰਘ ਔਲਖ, ਪ੍ਰੋਗਰਾਮ ਪੰਜਾਬ ਡਿਸਕਸ਼ਨ ਵਿੱਚ ਤੁਹਾਡਾ ਸਵਾਗਤ ਕਰਦਾ। ਅੱਜ ਪੰਜਾਬ ਡਿਸਕਸ਼ਨ ਦੇ ਇਸ ਐਪੀਸੋਡ ਵਿੱਚ ਅਸੀਂ ਗੱਲ ਕਰਾਂਗੇ ਬਰਗਾੜੀ ਬੇਅਦਬੀ ਮਾਮਲੇ ਵਿੱਚ, ਜੋ ਵੱਡਾ ਨਵਾਂ ਮੋੜ ਆਇਆ। ਕੇਂਦਰੀ ਏਜੰਸੀ CBI ਨੇ ਪੰਜਾਬ ਸਰਕਾਰ ਯਾਨੀ ਕਿ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਗਲਤ ਕਰਾਰ ਦਿੰਦਿਆਂ ਮੋਹਾਲੀ ਕੋਰਟ ਵਿੱਚ ਇੱਕ ਨਵੀਂ ਐਪਲੀਕੇਸ਼ਨ ਦਾਇਰ ਕੀਤੀ ਹੈ। ਹੋਰ ਵੀ ਖਬਰਾਂ 'ਤੇ ਵਿਚਾਰ ਚਰਚਾ ਕਰਾਂਗੇ। ਸਿੱਧਾ ਤੁਹਾਨੂੰ ਲੈ ਚੱਲਦੇ ਹਾਂ ਰਾਜਧਾਨੀ ਚੰਡੀਗੜ੍ਹ, ਜਿੱਥੇ ਸਾਡੇ ਸੀਨੀਅਰ ਪੱਤਰਕਾਰ ਨਿਰਮਲ ਸਿੰਘ ਮਾਨਸ਼ਾਹੀਆ ਜੀ ਸਾਡੇ ਨਾਲ ਜੁੜ ਚੁੱਕੇ ਨੇ। ਮਾਨਸ਼ਾਹੀਆ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਸਤਿ ਸ਼੍ਰੀ ਅਕਾਲ ਜੀ ਔਲਖ ਸਾਹਿਬ, ਸਾਰੇ ਪੰਜਾਬ ਸਟਾਰ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ, ਤੇ ਆਪਾਂ ਹਾਜ਼ਰ ਹਾਂ ਤਾਜ਼ਾ ਪੰਜਾਬ ਅਪਡੇਟ ਲੈ ਕੇ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਮਾਨਸ਼ਾਹੀਆ ਸਾਹਿਬ। ਜੋ ਪਿਛਲੇ ਦਿਨ ਅਸੀਂ ਵੇਖਿਆ ਕਿ SIT ਨੇ ਕਾਰਵਾਈ ਕੀਤੀ ਬਰਗਾੜੀ ਮਾਮਲੇ ਵਿੱਚ, ਕੁਝ ਗ੍ਰਿਫਤਾਰੀਆਂ ਵੀ ਹੋਈਆਂ ਤੇ ਡੇਰਾ ਸਰਸਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਵਜੋਂ ਨਾਮਜ਼ਦ ਵੀ ਕੀਤਾ ਗਿਆ, ਪਰ ਹੁਣ ਇਸ ਮਾਮਲੇ ਵਿੱਚ ਇੱਕ ਅਹਿਮ ਮੋੜ ਆਇਆ। ਕੇਂਦਰੀ ਏਜੰਸੀ CBI ਨੇ ਮੋਹਾਲੀ ਕੋਰਟ ਵਿੱਚ ਇੱਕ ਅਪੀਲ ਦਾਖਲ ਕਰਦਿਆਂ ਪੰਜਾਬ ਪੁਲਿਸ ਦੀ ਇਸ ਕਾਰਵਾਈ ਨੂੰ ਨਜਾਇਜ਼ ਕਰਾਰ ਦਿੱਤਾ। ਇਹ ਪੂਰਾ ਮਾਮਲਾ ਕੀ ਹੈ ਜੀ? ਔਲਖ ਸਾਹਿਬ, ਇਸ ਮੁੱਦੇ ਤੇ ਫਿਰ ਇੱਕ ਵਾਰੀ ਸਿਆਸਤ, ਜਿਵੇਂ ਆਪਾਂ ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀ ਕਿ ਸਿਆਸਤ ਇੱਕ ਵਾਰੀ ਦੁਬਾਰੇ ਗਰਮਾਉਗੀ ਜੀ, ਹੁਣ ਇੱਥੇ ਕਲੈਸ਼ ਦੋ ਏਜੰਸੀਆਂ ਦਾ ਹੋ ਰਿਹਾ, ਇਹਦੀ ਵੀ ਡੂੰਘਾਈ ਚ ਜਾਣ ਦੀ ਲੋੜ ਹੈ ਤੇ ਕਿਸ ਤਰ੍ਹਾਂ CBI ਵਾਲੇ, ਜਿਵੇਂ ਪਿਛਲੀ ਵਾਰ ਵੀ ਆਪਾਂ ਕਈ ਪੁਆਇੰਟ ਜ਼ਿਕਰ ਕੀਤੇ ਸੀਗੇ ਜੀ, ਕਿ ਜਿਹੜਾ ਇਹ ਮਸਲਾ ਸੀਗਾ ਜਦੋਂ ਵਿਧਾਨ ਸਭਾ ਦੇ ਵਿੱਚ ਇੱਕ ਕੈਪਟਨ ਸਰਕਾਰ ਮਤਾ ਪਾਸ ਕਰ ਦਿੰਦੀ ਹੈ, ਸਰਬ ਸੰਮਤੀ ਨਾਲ ਪ੍ਰਸਤਾਵ ਪਾਸ ਕਰਦੀ ਹੈ ਕਿ CBI ਤੋਂ ਕੇਸ ਵਾਪਸ ਲਿਆ ਸਰਕਾਰ ਲੈ ਲਵੇ, ਤੇ ਵਾਪਸ CBI ਤੋਂ ਲੈ ਕੇ ਉਹ ਪੁਰਾਣੀ ਜਿਹੜੀ SIT ਬਣੀ ਸੀ ਰਣਵੀਰ ਸਿੰਘ ਖੱਟੜਾ ਦੀ, ਉਹਨਾਂ ਨੂੰ ਬੇਅਦਬੀ ਮਾਮਲਿਆਂ ਦੀ ਜਾਂਚ ਉਹ ਕਰੂਗੀ, ਤੇ ਦੂਜੇ ਪਾਸੇ ਜਿਹੜੀ ਬਹਿਬਲ ਕਲਾਂ ਦੇ ਕੋਟਕਪੁਰੇ ਦੀ ਜਾਂਚ ਕਮਰ IG ਕਮਰ ਵਿਜੇ ਪ੍ਰਤਾਪ ਸਿੰਘ ਕਰਨਗੇ ਜੀ। ਤੇ ਉਸ ਤੋਂ ਬਾਅਦ ਕੀ ਹੁੰਦਾ ਵੀ ਜਿਹੜਾ ਇਹ CBI ਕੋਲ ਇੱਕ ਵਾਰੀ ਕੇਸ ਚਲਾ ਜਾਂਦਾ ਉਹਨੂੰ ਵਾਪਸ ਲੈਣ ਲਈ ਕਾਫੀ ਕਾਨੂੰਨੀ ਚੋਰਾਜਾਈ, ਪਹਿਲੀ ਗੱਲ ਤਾਂ ਹੁਣ ਤੱਕ ਦੇ ਜਿਹੜੇ ਕਾਨੂੰਨੀ ਮਾਰ ਕਹਿੰਦੇ ਨੇ ਵੀ ਉਹ ਲਿਆ ਛੇਤੀ ਛੇਤੀ ਲਿਆ ਨਹੀਂ ਜਾ ਸਕਦਾ, ਜਦੋਂ ਇੱਕ ਵਾਰੀ CBI ਕੋਲ ਕੇਸ ਚਲਾ ਜਾਂਦਾ ਤਾਂ ਵਾਪਸ ਉਹਨੂੰ ਜਦੋਂ ਤੱਕ ਕਿਸੇ ਸਿੱਟੇ ਤੇ ਨਹੀਂ ਪਹੁੰਚਦੀ ਉਹਨਾਂ ਤੱਕ ਵਾਪਸ ਨਹੀਂ ਆਉਂਦਾ ਜੀ। ਮਾਨਸਾਹੀ ਸਾਹਿਬ, ਦਰਸ਼ਕ ਇਹੀ ਗੱਲ ਸਮਝਣਾ ਚਾਹੁੰਦੇ ਨੇ ਕਿ ਕੇਸ ਪਹਿਲਾਂ CBI ਨੂੰ ਪੰਜਾਬ ਸਰਕਾਰ ਨੇ ਕਦੋਂ ਸੌਂਪਿਆ ਸੀ, ਤੇ ਜੇ ਵਾਪਸ ਕਰਨ ਦੀ ਗੱਲ ਚੱਲੀ ਆ ਤਾਂ ਵਾਪਸ ਕਰਾਉਣ ਦੀ ਲੋੜ ਕਿਉਂ ਪਈ ਹੈ? ਇਹ ਔਲਖ ਸਾਹਿਬ 2015 ਦੇ ਵਿੱਚ ਜਦੋਂ ਅਕਾਲੀ ਭਾਜਪਾ ਸਰਕਾਰ ਸੀਗੀ, ਉਹਨਾਂ ਨੇ DGP ਇਕਬਾਲਪ੍ਰੀਤ ਸਿੰਘ ਸਹੂਤਾ ਦੀ ਅਗਵਾਈ ਚ ਇੱਕ SIT ਦਾ ਗਠਨ ਕੀਤਾ ਸੀ, ਜਿਹੜੀ ਕਿ ਜਾਂਚ ਜਦੋਂ ਸ਼ੁਰੂ ਹੋਈ ਉਹ ਸ਼ੁਰੂ ਚ ਕਈ ਸਿੱਖ ਨੌਜਵਾਨਾਂ ਤੇ ਮਤਲਬ ਝੂਠੇ ਦੋਸ਼ ਲੱਗਣ ਜਾਂ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਸੀ ਉਹ ਸ਼ੱਕ ਦੇ ਘੇਰੇ ਵਿੱਚ ਉਸ ਟਾਈਮ ਦੇ ਸਵਾਲ ਉੱਠ ਖੜੇ ਸੀਗੇ, ਕੁਛ ਗਲਤ ਨੌਜਵਾਨ ਉਹਨਾਂ ਨੇ ਫੜ ਲਏ ਸੀ, ਮਤਲਬ ਸ਼ੁਰੂ ਤੋਂ ਲੈ ਕੇ ਉਸ ਟਾਈਮ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਸੀ ਉਹ ਇਹੀ ਡਿਮਾਂਡ ਕਰਦੀ ਆ ਰਹੀ ਸੀ ਕਿ ਉਹਨਾਂ ਨੂੰ ਪੰਜਾਬ ਪੁਲਿਸ ਦੀ ਜਾਂਚ ਵਿੱਚ ਭਰੋਸਾ ਨਹੀਂ ਹੈਗਾ ਤੇ ਇਸ ਦੀ ਜਾਂਚ ਹੈ ਜਿਹੜੀ ਉਹ ਕੇਂਦਰੀ CBI ਏਜੰਸੀ ਤੋਂ ਕਰਾਈ ਜਾਵੇ ਜੀ। ਤੇ ਉਸ ਟਾਈਮ ਦੇ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ ਸੀ ਉਹਨਾਂ ਨੇ ਵੀ ਇਹੀ ਧਰਨੇ ਮੁਜ਼ਾਹਰੇ ਕਰਕੇ ਮੰਗ ਕੀਤੀ ਸੀ ਕਿ ਇਸ ਸੰਵੇਦਨਸ਼ੀਲ ਮਸਲੇ ਦੀ ਜਾਂਚ CBI ਤੋਂ ਕਰਾਈ ਜਾਵੇ ਜੀ। ਤੇ ਪੰਜਾਬ ਮਤਲਬ ਉਸ ਟਾਈਮ ਦੇ ਵਿੱਚ ਸੱਤਾਧਿਰ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਸੀ ਤੇ ਉਹਨਾਂ ਨੇ ਇਹ ਜਾਂਚ ਕਾਫੀ ਵਿਰੋਧ ਦੇ ਮੱਦੇਨਜ਼ਰ ਤੇ ਵਿਰੋਧੀ ਧਿਰ ਕਾਂਗਰਸ ਪਾਰਟੀ ਜਿਹੜੀਆਂ ਉਸ ਟਾਈਮ ਵਿਰੋਧੀ ਧਿਰ ਚ ਤਾਂ ਨਹੀਂ ਸੀ ਤੇ ਉਹਨਾਂ ਦੀਆਂ ਮੰਗਾਂ ਦੇ ਮੱਦੇਨਜ਼ਰ ਇਹ ਜਿਹੜੀ ਜਾਂਚ ਆ ਉਹ ਕੇਂਦਰੀ ਇਨਵੈਸਟੀਗੇਸ਼ਨ ਬਿਊਰੋ ਏਜੰਸੀ CBI ਨੂੰ ਸੌਂਪ ਦਿੱਤੀ ਸੀ ਤੇ ਉਸ ਤੋਂ ਬਾਅਦ 2 ਸਾਲ ਕੈਪਟਨ ਸਰਕਾਰ 2017 ਚ ਬਣ ਜਾਂਦੀ ਹੈ, 3 ਸਾਲ ਹੋ ਗਏ ਨੇ। ਪਿਛਲੇ ਇੱਕ ਸਾਲ ਇਹ CBI ਨੇ ਜਿਹੜੀ ਕਲੋਜ਼ਰ ਰਿਪੋਰਟ ਜਦੋਂ ਉੱਥੇ ਪੇਸ਼ ਕੀਤੀ ਆਪਣੀ ਅਦਾਲਤ ਦੇ ਵਿੱਚ CBI ਕੋਰਟ ਦੇ ਵਿੱਚ ਤਾਂ ਉਹਦੇ ਕਿਸੇ ਸਿੱਟੇ ਤੇ ਨਹੀਂ ਪਹੁੰਚੀ। ਉਹ CBI ਨੇ ਵੀ ਕਈ ਗ੍ਰਿਫਤਾਰੀਆਂ ਜ਼ਰੂਰ ਕੀਤੀਆਂ ਸੀਗੀਆਂ, ਡੇਰਾ ਪ੍ਰੇਮੀਆਂ ਦੇ ਜਿਹੜੇ ਹੁਣ ਫੜੇ ਗਏ ਨੇ ਇਹਨਾਂ ਦੀ ਗ੍ਰਿਫਤਾਰੀਆਂ ਵੀ ਹੋਈਆਂ ਸੀ ਤੇ ਬਾਅਦ ਦੇ ਵਿੱਚ ਉਹ ਕੋਰਟ ਤੋਂ ਜ਼ਮਾਨਤ ਉਹਨਾਂ ਨੂੰ ਮਿਲ ਗਈ ਸੀ ਜੀ। ਤੇ CBI ਨੇ ਜਦੋਂ ਕਲੋਜ਼ਰ ਰਿਪੋਰਟ ਤੇ ਪੇਸ਼ ਕੀਤੀ ਤਾਂ ਉਹਦੇ ਵਿੱਚ ਕੋਈ ਮਤਲਬ ਇਸ ਕੇਸ ਤੇ ਕੋਈ ਤਣ ਪੱਤਰ ਨਹੀਂ ਲੱਗਿਆ ਤੇ ਕੋਈ ਇਨਸਾਫ਼ ਉਹ ਤੋਂ ਨਜ਼ਰ ਨਹੀਂ ਆਇਆ ਜੀ। ਕਾਫੀ ਫਿਰ CBI ਵਿਵਾਦਾਂ ਦੇ ਵਿੱਚ ਘਿਰ ਗਈ, ਅਕਾਲੀ ਦਲ ਨੇ ਵੀ CBI ਨੂੰ ਨਿਸ਼ਾਨੇ ਤੇ ਲਿਆ, ਕਾਂਗਰਸ ਨੇ ਵੀ ਨਿਸ਼ਾਨੇ ਤੇ ਲਿਆ, ਆਮ ਆਦਮੀ ਪਾਰਟੀ ਨੇ ਵੀ ਨਿਸ਼ਾਨੇ ਤੇ ਲਿਆ। ਫਿਰ ਮਸਲਾ ਉੱਠਦਾ ਜੀ ਕਿ ਵਿਧਾਨ ਸਭਾ 'ਚ ਚਲਾ ਜਾਂਦਾ, ਵਿਧਾਨ ਸਭਾ ਸਰਕਾਰ ਕੈਪਟਨ ਸਰਕਾਰ ਵਿਧਾਨ ਸਭਾ ਦਾ ਸੈਸ਼ਨ ਦੇ ਦੌਰਾਨ ਇੱਕ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੰਦੀ ਹੈ ਅਕਾਲੀ ਦਲ ਦੀ ਗੈਰ ਹਾਜ਼ਰੀ ਦੇ ਵਿੱਚ ਕਿ ਇਹ CBI ਤੋਂ ਵਾਪਸ ਲੈ ਕੇ ਕੇਸ ਆਪਣਾ ਪੰਜਾਬ ਸਰਕਾਰ ਪੰਜਾਬ ਪੁਲਿਸ ਤੋਂ ਜਾਂਚ ਕਰਾਉਗੀ ਜੀ SIT ਤੋਂ।
ਤੇ ਉਹ ਮਤਾ ਪਾਸ ਹੋ ਜਾਂਦਾ ਜੀ, ਸਰਕਾਰ ਕਹਿੰਦੀ ਹੈ ਕਿ ਸੀ ਬੀ ਆਈ ਤੋਂ ਕੇਸ ਵਾਪਸ ਲੈ ਕੇ ਕਰੂਗੀ, ਫਿਰ ਕਾਨੂੰਨੀ ਅੜਿੱਕਾ ਅੜਿੱਕੇ ਸ਼ੁਰੂ ਹੋ ਜਾਂਦੇ ਨੇ। ਹੁਣ ਸੀ ਬੀ ਆਈ ਮਸਲਾ ਇਹ ਸੀ ਬੀ ਆਈ ਇਹਦਾ ਵਿਰੋਧ ਕਰਦੀ ਆ ਕਿ ਉਹ ਕੇਸ ਨਵੇਂ ਸਿਰੇ ਤੋਂ ਜਾਂਚ ਕਰੂਗੀ, ਤੇ ਸੀ ਬੀ ਆਈ ਨਵੇਂ ਸਿਰੇ ਤੋਂ ਜਾਂਚ ਦੇ ਜਾਂਚ ਕਰਨ ਲਈ ਅਦਾਲਤ ਚ ਅਰਜੀ ਦੇ ਦਿੰਦੀ ਹੈ ਮੁਹਾਲੀ ਦੇ ਵਿੱਚ, ਤੇ ਉਹ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਕਰਨ ਲੱਗ ਜਾਂਦੀ ਆ, ਕਿਉਂਕਿ ਉਹਦੀ ਜਾਂਚ ਜਿਹੜੀ ਪਹਿਲਾਂ ਕਿਸੇ ਤਨ ਪੱਤਣ ਦੇ ਉੱਤੇ ਸਵਾਲ ਉੱਠੇ ਸੀ। ਫਿਰ ਕੀ ਹੁੰਦਾ ਵੀ ਜਦੋਂ ਪੰਜਾਬ ਸਰਕਾਰ ਨੂੰ ਵਾਪਸ ਨਹੀਂ ਮਿਲਦਾ ਕੇਸ ਤਾਂ ਉਹ ਹਾਈ ਕੋਰਟ ਚਲੀ ਜਾਂਦੀ ਹੈ। ਹਾਈ ਕੋਰਟ ਦੇ ਵਿੱਚ ਜਾ ਕੇ ਮਾਨਯੋਗ ਅਦਾਲਤ ਪੰਜਾਬ ਸਰਕਾਰ ਨੂੰ ਰਾਹਤ ਦੇ ਦਿੰਦੀ ਹੈ, ਤੇ ਰਾਹਤ ਮਿਲਣ ਤੋਂ ਬਾਅਦ ਕੈਪਟਨ ਸਰਕਾਰ ਇਹ ਜਿਹੜੀ ਸੀ ਬੀ ਆਈ ਤੋਂ ਜਾਂਚ ਦਿੱਤੀ ਹੋਈ ਸੀ ਉਹ ਡੀ ਆਈ ਜੀ ਰਣਵੀਰ ਸਿੰਘ ਖੱਟੜਾ ਜਿਹੜੇ ਕਿ ਪਹਿਲਾਂ ਸ਼ੁਰੂ ਦੇ ਵਿੱਚ ਇਸ ਕੇਸ ਦੇ ਨੂੰ ਜਾਂਚ ਕਰ ਰਹੇ ਸੀ ਤੇ ਕਾਫੀ ਹੱਦ ਤੱਕ ਉਹਨਾਂ ਨੇ ਸਬੂਤਾਂ ਵੀ ਪ੍ਰਾਪਤ ਕੀਤੀ ਸੀ, ਤੇ ਉਹਨਾਂ ਨੂੰ ਇਹ ਕੇਸ ਦੇ ਦਿੱਤਾ ਜਾਂਦਾ ਤੇ ਉਹ ਐਸ ਆਈ ਟੀ ਆਪਣੀ ਜਾਂਚ ਸ਼ੁਰੂ ਕਰ ਦਿੰਦੀ ਆ, ਤੇ ਸੀ ਬੀ ਆਈ ਹਾਈ ਕੋਰਟ ਦੇ ਫੈਸਲੇ ਦੇ ਉਹਦੇ ਮੁਖਾਲਤ ਉਹ ਚਲੀ ਜਾਂਦੀ ਆ ਸੁਪਰੀਮ ਕੋਰਟ ਪੰਜਾਬ ਸਰਕਾਰ ਦੇ ਖਿਲਾਫ ਕੈਪਟਨ ਸਰਕਾਰ ਦੇ। ਹੁਣ ਸੀ ਬੀ ਆਈ ਦੇ ਸੀ ਬੀ ਆਈ ਦੀ ਮੰਗ ਦੇ ਉੱਤੇ ਇਹ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹਜੇ ਹੋਣੀ ਆ, ਉਹਦੇ ਇੱਕ ਦੋ ਤਰੀਕਾਂ ਪਈਆਂ ਨੇ, ਫਾਈਨਲ ਹਜੇ ਉੱਥੇ ਹੋਣਾ ਤੇ ਫਿਰ ਵੀ ਸੀ ਬੀ ਆਈ ਨੂੰ ਦੇਣਾ ਜਾਂ ਨਹੀਂ, ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਸੁਪਰੀਮ ਹੁੰਦਾ ਲਾਸਟ ਜਿਹੜਾ ਉੱਥੋਂ ਹੋਵੇ। ਪਰ ਇਨ ਬਿਟਵੀਨ ਜਿਹੜੀ ਐਸ ਆਈ ਟੀ ਆ ਉਹ ਆਪਣਾ ਕੰਮ ਸ਼ੁਰੂ ਕਰ ਦਿੰਦੀ ਆ, ਹੁਣ ਐਸ ਆਈ ਟੀ ਨੇ ਡੇਰਾ ਮੁਖੀ ਨੂੰ ਨਾਮਜ਼ਦ ਕਰ ਲਿਆ, ਰਣਵੀਰ ਸਿੰਘ ਖੱਟੜਾ ਹੋਰਾਂ ਨੇ ਉਹ ਸਾਰੀ ਇਨਵੈਸਟੀਗੇਸ਼ਨ ਕਰ ਲਈ, ਸੱਤ ਬੰਦੇ ਫੜ ਲਏ, ਤੇ ਹੁਣ ਸੀ ਬੀ ਆਈ ਆਪਣੀ ਇਸ ਉਹਦੇ ਉਹ ਦੇਖਦੇ ਹੋਏ ਉਹ ਅਦਾਲਤ ਚ ਮੁਹਾਲੀ ਦੀ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਦਾਇਰ ਕਰ ਦਿੰਦੀ ਹੈ ਰਿਗਾਰਡੀ ਇਹਦੇ ਕੋਲ ਸੀਗਾ ਰਿਗਾਰਡੀ ਜਵਾਹਰ ਸਿੰਘ ਵਾਲਾ ਕੇਸ ਸੀਗੇ ਜੀ ਜੀ, ਤੇ ਇਹ ਕੇਸਾਂ ਦੀ ਜਾਂਚ ਜਿਹੜੀ ਸੀ ਬੀ ਆਈ ਕੋਲ ਸੀਗੀ ਉਹ ਮਤਲਬ ਉੱਥੇ ਕੋਰਟ ਚ ਕਹਿੰਦੀ ਹੈ ਕਿ ਜੀ ਇਹ ਜਿੰਨਾ ਚਿਕਰ ਇੱਕ ਏਜੰਸੀ ਜਾਂਚ ਕਰ ਰਹੀ ਹੈ ਉਹਦੇ ਪੈਰਲ ਦੋ ਏਜੰਸੀਆਂ ਜਾਂਚ ਨਹੀਂ ਕਰ ਰਹੀਆਂ, ਸੀ ਬੀ ਆਈ ਦਾ ਇਹ ਤਰਕ ਹੈ ਜੀ, ਤੇ ਕਾਨੂੰਨ ਦੀ ਉਲੰਘਣਾ ਦੱਸਿਆ ਸੀ ਤੇ ਉਹਨੇ ਕਿਹਾ ਕਿ ਸੀ ਬੀ ਆਈ ਅਸੀਂ ਇਸ ਜਾਂਚ ਕਰ ਰਹੇ ਹਾਂ। ਹੁਣ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ, ਕੋਰਟ ਚ ਪਟੀਸ਼ਨ ਦਾਖਲ ਕਰਕੇ ਜਾਂਚ ਤੇ ਰੋਕ ਲਗਾਉਣ ਦੀ ਸੀ ਬੀ ਆਈ ਨੇ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਾਡੀ ਪਟੀਸ਼ਨ ਜਿਹੜੀ ਹੈ ਉਹ ਅਜੇ ਸੁਪਰੀਮ ਕੋਰਟ ਚ ਪੈਂਡਿੰਗ ਹੈ, ਇਹ ਕਹਿਣਾ ਸੁਪਰੀਮ ਕੋਰਟ ਦਾ। ਹੁਣ ਇਸ ਤੋਂ ਬਾਅਦ ਇੱਕੇਦਮ ਸਿਆਸਤ ਗਰਮਾਉਣਾ ਤਾਂ ਪੰਜਾਬ ਦਾ ਮਤਲਬ ਹੋਣੀ ਸੀਗਾ, ਇਹ ਸਾਰਾ ਕੁਛ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਅਕਾਲੀ ਦਲ ਆ ਗਿਆ। ਅਕਾਲੀ ਦਲ ਇਸ ਕਰਕੇ ਆ ਜਾਂਦਾ ਕਿਉਂਕਿ ਜਿਹੜੀ ਸੈਂਟਰ ਦੀ ਏਜੰਸੀ ਜਿਹੜੀ ਇਹ ਸੀ ਬੀ ਆਈ ਏਜੰਸੀ ਹੈ ਸੈਂਟਰ ਦੇ ਦਾਇਰੇ ਚ ਆਉਂਦੀ ਆ, ਮੋਹਾਲੀ ਕੋਰਟ ਵਿੱਚ ਆਮ ਲੋਕਾਂ ਨੂੰ ਵੀ ਇਹ ਗੱਲ ਹਜ਼ਮ ਨਹੀਂ ਹੋ ਰਹੀ, ਜੇ ਕੇਸ ਤਨ ਪੱਤਨ ਲੱਗਣ ਲੱਗਿਆ ਸੀ ਤਾਂ ਸੀ ਬੀ ਆਈ ਵਿੱਚ ਅੜਿੱਕਾ ਪਾਉਣ ਦਾ ਕੰਮ ਕਰ ਰਹੀ ਹੈ। ਦੇਖੋ ਦੋ ਤਰਕ ਨੇ, ਪੋਲੀਟੀਕਲ ਡਿਸਕਸ਼ਨ ਜਾਂ ਜਿਹੜੇ ਆਪਾਂ ਮਹਿਸੂਸ ਕਰਦੇ ਹਾਂ ਜਾਂ ਲੋਕ ਮਹਿਸੂਸ ਕਰਦੇ ਨੇ ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਇਸ ਕੇਸ ਦੇ ਵਿੱਚ ਜਦੋਂ ਵੀ ਕੋਈ ਕਾਰਵਾਈ ਸ਼ੁਰੂ ਹੁੰਦੀ ਆ ਉਦੋਂ ਨਾ ਕਿਤੇ ਨਾ ਕਿਤੇ ਸੀ ਬੀ ਆਈ ਦਾ ਵਿੱਚ ਪੰਗਾ ਪੈ ਜਾਂਦਾ। ਹੁਣ ਦੇਖੋ ਸਰਕਾਰਾਂ ਨੇ ਸੀ ਬੀ ਆਈ ਨੂੰ ਕੇਸ ਦਿੱਤਾ, ਠੀਕ ਹੈ ਨਾ ਜੀ, ਹੁਣ ਉਹ ਸੁਪਰੀਮ ਕੋਰਟ ਦੇ ਵਿੱਚ ਸੀ ਬੀ ਆਈ ਉਹਨੂੰ ਛੱਡ ਨਹੀਂ ਰਹੀ, ਸੁਪਰੀਮ ਕੋਰਟ ਦੇ ਵਿੱਚ ਉਹ ਫੈਸਲਾ ਆਉਣਾ ਉਹਦਾ ਤਰਕ ਦੇ ਰਹੀ ਹੈ, ਪਰੰਤੂ ਸਿਆਸਤ ਇਸ ਕਰਕੇ ਗਰਮਾਉਂਦੀ ਆ ਕਿ ਸੈਂਟਰ ਦੀ ਜਿਹੜੀ ਸਰਕਾਰ ਹੈ ਉਹ ਮੋਦੀ ਸਰਕਾਰ ਹੈਗੀ ਹੈ, ਭਾਜਪਾ ਦੀ ਸਰਕਾਰ ਹੈ ਜੀ, ਤੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਆ ਤੇ ਅਕਾਲੀ ਦਲ ਕੇਂਦਰ ਸਰਕਾਰ ਦੇ ਵਿੱਚ ਭਾਈਵਾਲ ਆ ਜੀ, ਠੀਕ ਹੈ ਨਾ ਜੀ। ਇਸ ਕਰਕੇ ਹੁਣ ਸਿਆਸਤ ਦਾ ਗਰਮਾਉਣਾ ਬਿਲਕੁਲ ਸੰਭਾਵਿਤ ਸੀਗਾ, ਹੋਣਾ ਵੀ ਇੱਥੇ ਵੀ ਬੜੀ ਚਿੰਤਾ ਜਾਣ ਕੇ ਕਿਹਾ ਜਾ ਸਕਦਾ ਕਿ ਸੀ ਬੀ ਆਈ ਨਾ ਤਾਂ ਆਪ ਕੁਛ ਕਰ ਸਕੀ ਆ, ਹਜੇ ਤੱਕ ਉਹਦੀ ਕਲੋਜ਼ਰ ਰਿਪੋਰਟ ਦੇ ਵਿੱਚ ਕੋਈ ਸਿੱਟਾ ਰਿਪੋਰਟ ਨਹੀਂ ਨਿਕਲ ਸਕੀ, ਚਾਹੇ ਉਹਨੇ ਬੰਦੇ ਵੀ ਫੜੇ, ਬੰਦਿਆਂ ਨੂੰ ਜ਼ਮਾਨਤਾਂ ਵੀ ਹੋ ਗਈਆਂ, ਕਾਫੀ ਹੱਦ ਤੱਕ ਉਹਨੇ ਇਨਵੈਸਟੀਗੇਸ਼ਨ ਵੀ ਕੀਤੀ, ਸਮਾਂ ਵੀ ਲੱਗਿਆ। ਪਰ ਹੁਣ ਜਦੋਂ ਪੰਜਾਬ ਦੀ ਜਿਹੜੀ ਇਹ ਐਸ ਆਈ ਟੀ ਨੇ ਡੇਰਾ ਮੁਖੀ ਨੂੰ ਨਾਮਜ਼ਦ ਕਰ ਲਿਆ, ਸਿਆਸਤ ਕਿੱਥੋਂ ਸ਼ੁਰੂ ਹੋ ਜਾਂਦੀ ਹੈ ਜੀ, ਕਹਾਣੀ ਕੀ ਹੈ ਇਹਦੇ ਪਿੱਛੇ ਦੀ, ਪਰਦੇ ਦੇ ਪਿੱਛੇ ਕਾਫੀ ਕੁਛ ਨੇ ਤੇ ਉਹਨੂੰ ਸਮਝਣ ਦੀ ਲੋੜ ਆ। ਉਹ ਇਹ ਆ ਵੀ ਡੇਰਾ ਮੁਖੀ ਨੂੰ ਨਾਮਜ਼ਦ ਕਰਨ ਤੋਂ ਬਾਅਦ ਸੀ ਬੀ ਆਈ ਮਤਲਬ ਇੱਕਦਮ ਸਰਗਰਮ ਹੋਣਾ, ਇਹ ਕਿਤੇ ਨਾ ਕਿਤੇ ਇੰਡੀਕੇਸ਼ਨ ਪੰਜਾਬ ਦੀ ਪੋਲੀਟਿਕਸ ਦਾ ਕੇਂਦਰ ਬਿੰਦੂ ਵੀ ਮੰਨਿਆ ਜਾਂਦਾ ਹੈ, ਕਿਉਂਕਿ ਮੋਦੀ ਸਰਕਾਰ
ਭਾਜਪਾ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਅਕਾਲੀ ਦਲ ਮਤਲਬ ਕਾਫੀ ਕੁਛ ਅੰਦਰ ਖਾਤੇ ਆ ਜਿਹੜਾ ਉਹ ਇੱਕ ਦੂਜੇ ਨੂੰ ਟਿੱਬੀਆਂ ਲਾਉਂਦੀਆਂ ਪਰ ਮਾਨਸਾਹੀ ਸਭ ਇਹ ਵੀ ਸੁਭਾਵਿਕ ਹੈ ਜਦੋਂ ਸੀਬੀਆਈ ਕੇਂਦਰ ਦੀ ਏਜੰਸੀ ਆ ਤਾਂ ਕੇਂਦਰ ਦਾ ਹਿੱਸਾ ਹਰਸਿਮਰਤ ਕੌਰ ਬਾਦਲ ਵੀ ਨੇ ਜੇ ਇਸੇ ਤਰ੍ਹਾਂ ਹੀ ਦਾਅ ਪੇਚ ਫਸਦੇ ਰਹੇ ਤਾਂ ਜਵਾਬ ਦੇ ਕੇਂਦਰ ਹੈ ਅਤੇ ਕੇਂਦਰ ਦੇ ਵਿੱਚ ਬੈਠੇ ਬੀਬੀ ਹਰਸਿਮਰਤ ਕੌਰ ਬਾਦਲ 'ਤੇ ਵੀ ਉਂਗਲਾਂ ਉੱਠਣਗੀਆਂ ਚਾਹੇ ਉਹ ਪੰਥਕ ਜਥੇਬੰਦੀਆਂ ਉਠਾਉਣ ਚਾਹੇ ਕੋਈ ਵਿਰੋਧੀ ਧਿਰ ਉਠਾਵੇ ਬਿਲਕੁਲ ਜੀ ਔਰਤ ਸਾਹਿਬ ਦੇਖੋ ਜਦੋਂ ਇੱਕ ਸਿਸਟਮ ਹੁੰਦਾ ਤਾਂ ਉਂਗਲਾਂ ਤਾਂ ਉੱਠਦੀਆਂ ਨੇ ਤੇ ਉੱਠ ਵੀ ਰਹੀਆਂ ਨੇ ਤੇ ਕਾਂਗਰਸ ਨੇ ਹੁਣੇ ਤੋਂ ਅਕਾਲੀ ਦਲ ਨੂੰ ਨਿਸ਼ਾਨੇ 'ਚ ਲੈਣਾ ਸ਼ੁਰੂ ਕਰ ਦਿੱਤਾ ਤੇ ਅੱਜ ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਮੰਤਰੀ ਉਹਨਾਂ ਨੇ ਵੀ ਕਿਹਾ ਵਿਰੋਧੀ ਧਿਰ ਦੇ ਨੇਤਾ ਭਗਵੰਤ ਮਾਨ ਦਾ ਵੀ ਬਿਆਨ ਆਇਆ ਉਹਨਾਂ ਨੇ ਵੀ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ ਕੇਂਦਰ ਦੇ ਵਿੱਚ ਅਕਾਲੀ ਭਾਜਪਾ ਭਾਈਵਾਲ ਹੈ ਤੇ ਇਸ ਕਰਕੇ ਉਹਦੇ ਇਸ਼ਾਰੇ ਤੇ ਇਹ ਕੁਛ ਹੋ ਰਿਹਾ ਇਹ ਤਾਂ ਵਿਰੋਧੀ ਧਿਰਾਂ ਦੇ ਦੋਸ਼ ਬਿਲਕੁਲ ਉਹਨਾਂ ਦੇ ਪੋਲਿਟਿਕਸ ਦੇ ਮੁਤਾਬਕ ਬਣਦੇ ਵੀ ਨੇ ਤੇ ਬਿਲਕੁਲ ਸੀਬੀਆਈ ਇਸ ਗੱਲ ਦੇ ਵਿੱਚ ਨਿਸ਼ਾਨੇ ਤੇ ਆ ਗਈ ਹੈ ਸੀਬੀਆਈ ਦੇ ਨਾਲ ਅਕਾਲੀ ਭਾਜਪਾ ਪਾਰਟੀਆਂ ਨਿਸ਼ਾਨੇ ਤੇ ਆ ਗਈਆਂ ਨੇ ਤੇ ਉਹਨਾਂ ਦੀ ਜਵਾਬਦੇਹੀ ਵੀ ਇਸ ਟਾਈਮ ਵਿਰੋਧੀ ਧਿਰਾਂ ਮੰਗ ਰਹੀਆਂ ਨੇ ਤੇ ਇਹ ਜਿਹੜਾ ਸਾਰਾ ਘਟਨਾਕ੍ਰਮ ਹੈ ਜੀ ਬਰਗਾੜੀ ਵਾਲਾ ਤੇ ਇਹਦੀ ਸੀਬੀਆਈ ਦੀ ਭੂਮਿਕਾ ਬਿਲਕੁਲ 0% ਰਹੀ ਹੈ ਤੇ ਹੁਣ ਮਾੜੀ ਜੀ ਇਨਸਾਫ਼ ਮਿਲਣ ਦੀ ਉਮੀਦ ਬਚੀ ਸੀ ਮਤਲਬ ਅਕਾਲੀ ਭਾਜਪਾ ਨੇ ਮਤਲਬ ਅਕਾਲੀ ਦਲ ਨੇ ਵੀ ਸੀਬੀਆਈ ਦੀ ਕਲੋਜ਼ ਰਿਪੋਰਟ ਉੱਥੇ ਸਵਾਲ ਖੜੇ ਕੀਤੇ ਸੀ ਉਹਨਾਂ ਨੇ ਵੀ ਇਹਦੇ ਖਿਲਾਫ਼ ਜਾ ਕੇ ਜਦੋਂ ਸੀਬੀਆਈ ਦੇ ਰਿਪੋਰਟ ਪੇਸ਼ ਕੀਤੀ ਤਾਂ ਉਦੋਂ ਅਕਾਲੀ ਦਲ ਵੀ ਜਾ ਕੇ ਕੇਂਦਰੀ ਗ੍ਰਹਿ ਮੰਤਰੀ ਤੱਕ ਜਾਂ ਮੋਦੀ ਪ੍ਰਧਾਨ ਮੰਤਰੀ ਕੋਲ ਮਿਲਿਆ ਸੀ ਤੇ ਸੀਬੀਆਈ ਦੀ ਜਾਂਚ ਉੱਤੇ ਸਵਾਲ ਉਠਾਏ ਸੀ ਕਿ ਇਹ ਕਿਸੇ ਤਨ ਪੱਤਨ ਲੱਗਣੀ ਚਾਹੀਦੀ ਹੈ ਅਕਾਲੀ ਦਲ ਨੇ ਵੀ ਕਾਂਗਰਸ ਨਾਲ ਸਹਿਮਤੀ ਜਤਾਈ ਸੀ ਤੇ ਪਰ ਫਰਕ ਇਹ ਹੈ ਵੀ ਰਾਜਨੀਤੀ ਕਿਉਂ ਦੇਖੋ ਹੁਣ ਜਦੋਂ ਡੇਰਾ ਮੁਖੀ ਦਾ ਨਾਮ ਸਾਹਮਣੇ ਆ ਗਿਆ ਨਾਮਜ਼ਦ ਹੋ ਗਿਆ ਉਸੇ ਟਾਈਮ ਦੇ ਵਿੱਚ ਸਾਰੀਆਂ ਕੜੀਆਂ ਜੁੜ ਗਈਆਂ ਉਹ ਸੀਬੀਆਈ ਆ ਕੇ ਵਿੱਚ ਪੰਗਾ ਡਾਲ ਦਿੰਦੀ ਆ ਤੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਇਹ ਨਹੀਂ ਚਾਹੁੰਦੀ ਕਿ ਸਿੱਖਾਂ ਨੂੰ ਇਨਸਾਫ਼ ਮਿਲੇ ਬਿਲਕੁਲ ਇਹ ਸਵਾਲ ਹਰ ਇੱਕ ਸਿੱਖ ਦੇ ਹਰ ਇੱਕ ਪੰਜਾਬੀ ਦੇ ਮਨ ਵਿੱਚ ਉੱਠ ਰਿਹਾ ਜਿਸ ਦੀ ਜਵਾਬ ਆ ਉਹ ਕੇਂਦਰ ਨੂੰ ਦੇਣੇ ਪੈਣਗੇ ਕਿਉਂਕਿ ਸੀਬੀਆਈ ਜੇ ਪਹਿਲਾਂ ਨਹੀਂ ਕੁਛ ਕਰ ਪਾਈ 2015 ਤੋਂ ਲੈ ਕੇ ਹੁਣ ਤੱਕ ਤਾਂ ਅੱਗੇ ਕੀ ਕਰ ਸਕੇਗੀ ਖੈਰ ਸਮਾਂ ਹੋ ਗਿਆ ਇੱਕ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਪੰਜਾਬ ਡਿਸਕਸ਼ਨ ਵਿੱਚ ਤੁਹਾਡਾ ਮੁੜ ਸਵਾਗਤ ਹੈ ਮਾਨਸਾਹੀਆ ਸਾਹਿਬ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀ ਜੋ ਹੁਣ ਨਵਾਂ ਵੱਡਾ ਮੋੜ ਆਇਆ ਬੇਸ਼ੱਕ ਇਹ ਕਾਨੂੰਨੀ ਮੋੜ ਹੈ ਸੀਬੀਆਈ ਦੇ ਅਨੁਸਾਰ ਪਰ ਕਿਤੇ ਨਾ ਕਿਤੇ ਆਮ ਲੋਕ ਫਿਰ ਚਿੰਤਤ ਨੇ ਕਿਤੇ ਇਹ ਗੱਲ ਫਿਰ ਕੇਂਦਰ ਵਰਸਸ ਪੰਜਾਬ ਵਿੱਚ ਘੁੰਮ ਘੁੰਮਾ ਕੇ ਨਾ ਰਹਿ ਜੇ ਹੁਣ ਜਦੋਂ ਲੋਕਾਂ ਨੂੰ ਆਸ ਬੱਝੀ ਸੀ ਕਿ ਕਾਰਵਾਈ ਹੁਣ ਜਾ ਰਹੀ ਹੈ ਅਸਲ ਦੋਸ਼ੀਆਂ ਦੇ ਨੇੜੇ SIT ਪਹੁੰਚੀ ਆ ਜਾਂ ਗ੍ਰਿਫਤਾਰੀਆਂ ਹੋਈਆਂ ਤਾਂ ਹੁਣ ਕਿਤੇ ਨਾ ਕਿਤੇ ਫਿਰ ਜੋ ਇਨਸਾਫ਼ ਦੀ ਆਸ ਹੈ ਮੱਧਮ ਨਜ਼ਰ ਆ ਰਹੀ ਹੈ ਬਿਲਕੁਲ ਜੀ ਅਲਕ ਸਾਹਿਬ ਦੇਖੋ ਘੱਟੋ ਘੱਟ 5 ਸਾਲ ਦਾ ਸਮਾਂ ਹੋ ਗਿਆ ਜੀ 2 ਸਾਲ ਅਕਾਲੀ ਭਾਜਪਾ ਸਰਕਾਰ ਸਮੇਂ ਲੰਘ ਗਏ ਤੇ 3 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਲੰਘ ਗਏ ਤੇ ਸਾਰੇ ਮਸਲੇ ਦੇ ਉੱਤੇ ਘੁੰਮਣ ਘੇਰੀਆਂ ਦੇ ਵਿੱਚ ਹੀ ਜਿਹੜੀਆਂ ਜਾਂਚ ਨੇ ਕਮਿਸ਼ਨ ਬਣੇ ਚਾਹੇ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਹੋਵੇ ਚਾਹੇ ਜਸਟਿਸ ਜੋਰਾ ਸਿੰਘ ਕਮਿਸ਼ਨ ਹੋਵੇ ਉਹਨਾਂ ਦੇ ਕਮਿਸ਼ਨਾਂ ਦੀਆਂ ਵੱਡੀਆਂ ਵੱਡੀਆਂ ਰਿਪੋਰਟਾਂ ਹੋਣ ਉਹਨਾਂ ਤੇ ਕਰੋੜਾਂ ਰੁਪਏ ਦਾ ਖਰਚਾ ਹੋਵੇ ਠੀਕ ਹੈ ਨਾ ਜੀ ਤੇ ਉਹ ਵੀ ਪੰਜਾਬੀਆਂ ਦਾ ਹੋਵੇ ਤੇ ਦੂਜੇ ਪਾਸੇ ਜਿਹੜੇ ਇਹ ਕਦੇ CBI ਨੂੰ ਦੇ ਦੇਣਾ ਫਿਰ CBI ਤੋਂ ਵਾਪਸ ਲੈ ਲੈਣਾ ਕਦੇ ਇਧਰਲੀ ਸੀਟ ਮਤਲਬ ਸਾਰਾ ਸਮਾਂ ਇੱਕ ਟੱਪਦਾ ਰਿਹਾ ਤੇ ਘੁੰਮਣ ਘੇਰੀਆਂ ਦੇ ਵਿੱਚ ਪੈ ਕੇ ਇਨਸਾਫ਼ ਹੈ ਜਿਹੜਾ ਉਹ ਨਹੀਂ ਮਿਲਿਆ ਜਦੋਂ ਕਿ ਕਿੰਨਾ ਨੇ ਲੋਕ ਹਜੇ ਵੀ ਇਹ ਪੁੱਛਦੇ ਨੇ ਤਣ ਪੱਤਣ ਨੇ ਲੱਗੀ ਜਾਂਚ ਵੀ ਕਿਉਂ ਗੁਰੂ ਸਾਹਿਬ ਦੇ ਦੋਸ਼ੀ ਫੜੇ ਨਹੀਂ ਗਏ ਕਦੋਂ ਫੜੇ ਜਾਣਗੇ ਕੌਣ ਨੇ ਜਿਹਨਾਂ ਦੇ ਕਹੇ ਤੇ ਇਹ ਇੰਨੀ ਮੰਦਭਾਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਕਿੰਨਾ ਨੇ ਸਾਜਿਸ਼ ਰਚੀ ਸੀ ਜੇ ਇਹਦੇ ਤਾਰ ਡੇਰੇ ਨਾਲ ਜੁੜੇ ਨੇ SIT ਨੇ ਜੁੜੇ ਨੇ ਜਿਵੇਂ SIT ਖਟੜਾ DIG ਨੇ ਦਾਅਵਾ ਕੀਤਾ ਤਾਂ ਕਿਉਂ ਨੀ ਡੇਰਾ ਮੁਖੀ ਨੂੰ ਇਹਦੇ ਉੱਤੇ ਸ਼ਿਕੰਜਾ ਕਸਿਆ ਜਾਂਦਾ ਕਿਉਂ 3-5 ਸਾਲ ਚਲੋ ਹੁਣ ਜੇ ਕਿਸੇ ਜਾਂਚ ਤਣ ਪੱਤਣ ਲੱਗੀ ਆ ਤਾਂ ਕੀ ਪੰਜਾਬ ਪੁਲਿਸ ਡੇਰਾ ਮੁਖੀ ਨੂੰ ਪ੍ਰੋਟੈਕਸ਼ਨ ਗ੍ਰਾਂਟ ਤੇ ਲੈ ਕੇ ਆਊਗੀ ਪੰਜਾਬ ਦੇ ਵਿੱਚ ਤਾਂ ਕਿ ਉਹ ਸਾਰਾ ਜਿਹੜਾ ਉਹਨਾਂ ਤੋਂ ਇਨਵੈਸਟੀਗੇਸ਼ਨ ਹੋ ਸਕੇ ਤੇ ਰਾਜ ਖੁੱਲ ਸਕਣ ਇਹਦੇ ਪਰਦੇ ਦੇ ਪਿੱਛੇ ਕੀ ਕਹਾਣੀ ਆ ਕਿਉਂਕਿ ਜਿੰਨਾ ਚਿਕਰ ਡੇਰਾ ਮੁਖੀ ਤੋਂ ਪੁੱਛਗਿੱਛ ਨਹੀਂ ਹੁੰਦੀ ਉਹਨਾਂ ਚਿਕਰ ਕਹਾਣੀ ਤਣ ਪੱਤਣ ਨਹੀਂ ਲੱਗਣੀ ਹੁਣ CBI ਨੇ ਜਿਹੜੀ ਇਹ ਜਾਂਚ ਰੋਕਣ ਦਾ ਆਪਣਾ ਉਹਦੇ ਵਿੱਚ ਅਪੀਲ ਕੀਤੀ ਹੈ ਅਦਾਲਤ ਦੇ ਵਿੱਚ ਕਿ ਉਹਨਾਂ ਦਾ ਦਾਅਵਾ ਕਿ ਸਾਡੀ ਜਿਹੜੀ ਅਪੀਲ ਆ ਉਹ ਸੁਪਰੀਮ ਕੋਰਟ 'ਚ ਪੈਂਡਿੰਗ ਹੈ ਇਸ ਕਰਕੇ ਇਸ ਜਾਂਚ ਨੂੰ ਰੋਕਿਆ ਜਾਵੇ ਤੇ ਦੂਜੇ ਪਾਸੇ ਹਰਿਆਣੇ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਹੁਣ PSIT ਨੂੰ ਪਰਮਿਸ਼ਨ ਮਿਲੂਗੀ ਹਰਿਆਣੇ ਦੇ ਵਿੱਚ ਡੇਰਾ ਮੁਖੀ ਨੂੰ ਵਾਪਸ ਪੰਜਾਬ ਲਿਆਉਣ ਦੀ ਹਰਿਆਣਾ ਸਰਕਾਰ ਪ੍ਰਵਾਨਗੀ ਦੇਊਗੀ ਤਾਂ ਕਿ ਇੱਥੇ ਲੈ ਕੇ ਉਹਦੇ ਪੁੱਛਗਿੱਛ ਕੀਤੀ ਜਾ ਸਕੇ
ਤੇ ਜਾਂ ਹਰਿਆਣਾ ਦੇ ਵਿੱਚ ਜਾਂ ਸਨੌਰੀਆ ਜ਼ਿਲ੍ਹੇ ਚ ਜਿੱਥੇ ਡੇਰਾ ਮੁਖੀ ਬਲਾਤਕਾਰ ਵਰਗੇ ਘਿਨੌਣੇ ਜੁਰਮਾਂ ਦੇ ਉਹਦੇ ਵਿੱਚ ਬੰਦ ਹੈ, ਸਜ਼ਾ ਭੁਗਤ ਰਿਹਾ, ਤੇ ਉੱਥੇ ਉਹ ਤੋਂ ਪੁੱਛਗਿੱਛ ਕਰਨ ਦੀ ਪ੍ਰਵਾਨਗੀ ਮਿਲੂਗੀ, ਕੀ 2022 ਤੱਕ ਇਹ ਇਸ ਤਰ੍ਹਾਂ ਹੀ ਜਾਂਚ ਲਮਕਦੀ ਰਹੂ ਜਾਂ ਉਸ ਤੋਂ ਬਾਅਦ ਵੀ 2022 ਦੀਆਂ ਜਿਹੜੀਆਂ ਚੋਣਾਂ ਆਉਣ ਵਾਲੀਆਂ ਨੇ, ਡੇਢ ਸਾਲ ਦਾ ਸਮਾਂ ਰਹਿ ਗਿਆ, ਕਿ ਉਹਨਾਂ ਚੋਣਾਂ ਦੇ ਵਿੱਚ ਫਿਰ ਇਹ ਮੁੱਦੇ ਫਿਰ ਇਹੀ ਮੁੱਦਾ ਉੱਠੂਗਾ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਇੱਕ ਵਾਰੀ ਫਿਰ ਉਹਨਾਂ ਦੀਆਂ ਜਿਹੜੇ ਮਤਲਬ ਜ਼ਖਮਾਂ ਦੇ ਉੱਤੇ ਨੂੰ ਛਿੜਕਿਆ ਜਾਊਗਾ। ਤੇ ਇਸ ਕਰਕੇ ਹਰ ਇੱਕ ਸਿੱਖ ਦੇ ਦਿਲ ਵਿੱਚ ਅਸੀਂ ਆਸ ਜ਼ਰੂਰ ਕਰਦੇ ਹਾਂ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਇਸ ਸੰਬੰਧ ਭਾਗੀ ਘਟਨਾ ਦੇ ਨਾਮ 'ਤੇ ਵੋਟਾਂ ਬਟੋਰਨ ਦੇ ਨਾਲ ਜੋ ਨਾ ਖੇਡੀ ਜਾਵੇ ਸਿਆਸਤ ਦੇ ਨਾਮ 'ਤੇ। ਉਦੋਂ ਤੱਕ ਕੈਪਟਨ ਸਰਕਾਰ ਤੋਂ ਇਹ ਸਾਰੇ ਲੋਕ ਉਮੀਦ ਕਰਦੇ ਆ ਕਿ ਇਸ ਮਾਮਲੇ ਦਾ ਕੋਈ ਤਣ ਪੱਤਣ ਲੱਗੂਗਾ। ਖੈਰ ਅਗਲੀਆਂ ਖਬਰਾਂ ਵੱਲ ਵੱਧਦੇ ਹਾਂ। ਜੋ ਪੰਜਾਬ ਵਿੱਚ ਕਰੋਨਾ ਦੇ ਹਾਲਾਤ ਨੇ ਉਹ ਦਿਨ ਬ ਦਿਨ ਬਦਤਰ ਹੁੰਦੇ ਨਜ਼ਰ ਆ ਰਹੇ ਆ। ਜੋ SSP ਹੁਣ ਜਲੰਧਰ ਨੇ ਉਹਨਾਂ ਦੀ ਵੀ ਕਰੋਨਾ ਰਿਪੋਰਟ ਹੈ ਜੋ ਪੋਜ਼ਿਟਿਵ ਆਈ ਹੈ, ਪੂਰੇ ਮਾਮਲੇ ਤੇ ਕੀ ਅਪਡੇਟ ਹੈ ਜੀ? ਜੀ ਔਰ ਸਾਹਿਬ, ਜਿੱਥੇ ਇੱਕ ਪਾਸੇ ਸਿਆਸਤ ਪੰਜਾਬ ਦੀ ਗਰਮਾਈ ਹੋਈ ਆ ਕਰੋਨਾ ਦੇ ਸੰਕਟ ਦੇ ਵਿੱਚ ਵੀ, ਉੱਥੇ ਮਤਲਬ ਕਰੋਨਾ ਦਾ ਕਹਿਰ ਹੈ। ਜਿਵੇਂ ਅਮਰੀਕਾ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਸੀ ਕਿ ਲਗਾਤਾਰ ਕੇਸ ਆ ਰਹੇ ਨੇ, ਧੜਾਧੜ ਕੇਸ ਆ ਰਹੇ ਨੇ, ਹੁਣ ਬੜੀ ਹੈਰਾਨੀ ਦੀ ਗੱਲ ਆ ਕਿ ਭਾਰਤ ਦੇ ਵਿੱਚ ਵੀ ਕੇਸਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਵੱਧ ਰਹੀ ਆ। ਪਹਿਲਾਂ ਜਿਵੇਂ ਸੈਂਕੜਿਆਂ ਦੇ ਵਿੱਚ ਸੀ, ਹੁਣ ਤਾਂ ਹਜ਼ਾਰਾਂ ਦੇ ਵਿੱਚ ਆ ਰਹੀ ਹੈ ਤੇ ਲੱਖਾਂ ਤੱਕ ਦੀ ਹੁਣ ਤੱਕ ਦੀ ਜਿਹੜੀ ਗਿਣਤੀ ਆ ਉਹ ਪਹੁੰਚ ਚੁੱਕੀ ਆ। ਪੰਜਾਬ ਦੇ ਵਿੱਚ ਰੋਜ਼ਾਨਾ ਸੁਣਨ ਨੂੰ ਮਿਲ ਰਿਹਾ, ਪਹਿਲਾਂ ਆਮ ਲੋਕ ਪ੍ਰਭਾਵਿਤ ਵੇਖਣ ਨੂੰ ਮਿਲਦੇ ਸੀ, ਹੁਣ ਅਫਸਰਸ਼ਾਹੀ ਮਤਲਬ ਇੱਥੇ ਆਪਾਂ ਜ਼ਿਕਰ ਕਰੀਏ ਤਾਂ 15 ਦੇ ਕਰੀਬ PCS ਅਫਸਰ ਵੀ ਕਰੋਨਾ ਦੀ ਲਪੇਟ ਵਿੱਚ ਆ ਗਏ ਨੇ। ਪਿਛਲੇ ਦਿਨੀ ਇੱਕ PCS ਅਫਸਰਾਂ ਦੀ ਐਸੋਸੀਏਸ਼ਨ ਦੀ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ 40 ਦੇ ਕਰੀਬ PCS ਅਫਸਰ ਸ਼ਾਮਿਲ ਹੋਏ ਸੀ ਤੇ ਉਹਨਾਂ ਨੇ ਜਿੱਥੇ ਆਪਣਾ ਡਿਨਰ ਕੀਤਾ, ਰੋਟੀ ਪਾਣੀ ਖਾਧਾ, ਉੱਥੇ ਕੋਈ ਨਾ ਕੋਈ ਕਰੋਨਾ ਦੇ ਵਿੱਚ ਉਹਨਾਂ ਚੋਂ ਇੱਕ ਇਨਫੈਕਟਡ ਹੋ ਗਿਆ ਤੇ ਉੱਥੋਂ ਉਹ ਇੱਕ ਦੂਜੇ ਨੂੰ ਲਾਗ ਨਾਲ ਹੁਣ ਤੱਕ 14 ਦੇ ਕਰੀਬ ਦੀ ਰਿਪੋਰਟ ਦਾ ਸਾਹਮਣੇ ਆਇਆ ਤੇ ਉਹ ਅੱਗੇ ਬਾਕੀ ਨੂੰ ਕੁਆਰੰਟੀਨ ਕਰ ਦਿੱਤਾ ਗਿਆ। ਇਸੇ ਤਰ੍ਹਾਂ ਜਲੰਧਰ ਦੇ SSP ਮਤਲਬ ਕਿਹਾ ਜਾ ਰਿਹਾ ਕਿ ਕੱਲ ਉਹ ਬੀਤੇ ਦਿਨੀ ਜਿਹੜੇ ਸਾਬਕਾ ਮੰਤਰੀ ਨੇ ਕਾਂਗਰਸ ਦੇ ਤਾਰ ਹੈਨਰੀ, ਉਹਨਾਂ ਦੀ ਬੇਟੀ ਦੇ ਵਿਆਹ ਤੇ ਪ੍ਰੋਗਰਾਮ ਸ਼ਾਮਿਲ ਹੋਏ ਸੀ ਤੇ ਉੱਥੇ ਉਹਨਾਂ ਨੂੰ ਮਤਲਬ ਉੱਥੇ ਹੋਰ ਵੀ ਬੜੇ ਮੰਤਰੀ ਹੋਰ ਜਿਹੜੇ VIP ਹੈਗੇ ਸੀਗੇ ਤੇ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਉਣ ਨਾਲ ਬੜਾ ਹੜਕੰਪ ਮੱਚ ਗਿਆ ਜਲੰਧਰ ਦੇ ਵਿੱਚ ਤੇ ਜਿੰਨੇ ਉਸੇ ਵਿਆਹ ਦੇ ਵਿੱਚ ਵੀ ਆਏ ਸੀ ਉਹਨਾਂ ਦੀਆਂ ਵੀ ਰਿਪੋਰਟਸ ਚੈੱਕ ਕੀਤੀਆਂ ਜਾ ਰਹੀਆਂ ਨੇ ਤੇ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਕੇਸਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਜੋ ਬਹੁਤ ਹੀ ਚਿੰਤਾਜਨਕ ਹੈ। ਇਸ ਨੂੰ ਸਮਝਣ ਦੀ ਲੋੜ ਆ ਤੇ ਜਿਹੜੇ ਸਾਡੇ ਭੈਣ ਭਰਾ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਵੀ, ਉਹ ਵੀ ਕੋਸ਼ਿਸ਼ ਕਰਨ ਕਿ ਆਪੋ ਆਪਣੇ ਪਿੰਡਾਂ ਦੇ ਵਿੱਚ ਇਹ ਜ਼ਰੂਰ ਸੁਨੇਹਾ ਲਾਉਣ ਕਿ ਕਰੋਨਾ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਮਾਸਕ ਜ਼ਰੂਰ ਪਹਿਨਿਆ ਜਾਵੇ ਤੇ ਸਾਰਾ ਜਿਹੜਾ ਆਪਣਾ ਪ੍ਰਿਕੋਸ਼ਨ ਹੈ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਿਆ ਜਾਵੇ, ਕਿਉਂਕਿ ਪਿੰਡਾਂ ਦੇ ਵਿੱਚ ਇਹ ਬਹੁਤ ਹੀ ਚਿੰਤਾਜਨਕ ਵਿਸ਼ਾ ਹੈਗਾ ਤੇ ਕਰੋਨਾ ਆਉਣ ਵਾਲੇ ਸਮੇਂ ਦੇ 2 ਮਹੀਨੇ ਬਹੁਤ ਖਤਰਨਾਕ ਨੇ। ਜੀ, ਜੋ ਅਗਲੀ ਖਬਰ ਹੈ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨਾਲ ਜੁੜੀ ਹੋਈ ਹੈ, ਖਾਸ ਕਰਕੇ ਕੁਵੈਤ ਵਿੱਚ ਸਾਡਾ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰਾ, ਪੰਜਾਬੀ ਨੌਜਵਾਨ ਆਪਣੀ ਰੋਜ਼ੀ ਰੋਟੀ ਕਮਾਉਣ ਜਾਂਦੇ ਨੇ ਅਤੇ ਉਹ ਕਰੋਨਾ ਨੂੰ ਲੈ ਕੇ ਚਿੰਤਾ ਤਾਂ ਹਨ ਨਹੀਂ, ਪਰ ਇਸ ਦੇ ਨਾਲ ਹੀ ਇੱਕ ਜੋ ਵੱਡੀ ਚਿੰਤਾ ਉੱਥੇ ਜੋ ਇਮੀਗ੍ਰੇਸ਼ਨ ਲਾਅ ਨਵਾਂ ਆ ਰਿਹਾ ਉਸ ਨੂੰ ਲੈ ਕੇ ਆ ਜੀ। ਇਸੇ ਦਰਮਿਆਨ ਇੱਕ ਨੌਜਵਾਨ ਨੇ ਆਪਣਾ ਦੁੱਖ ਪ੍ਰਗਟ ਕਰਦਿਆਂ ਮੀਡੀਆ ਦੇ ਰੂਬਰੂ ਹੋਏ ਨੇ ਜੀ, ਮਾਨਸਾਹੀਆ ਸਾਹਿਬ, ਇਹ ਮਾਮਲਾ ਕੀ ਹੈ? ਕਰੋਨਾ ਕਰਕੇ ਪੂਰੇ ਵਿਸ਼ਵ ਦੇ ਵਿੱਚ ਮੰਦੀ ਦਾ ਜਿਹੜਾ ਦੌਰ ਹੈ ਤੇ ਮਤਲਬ ਕਰੋੜਾਂ ਲੋਕਾਂ ਦੀਆਂ ਨੌਕਰੀਆਂ ਭੰਗਦੀਆਂ ਜਾ ਰਹੀਆਂ ਨੇ, ਵੱਡੀ ਗਿਣਤੀ ਦੇ ਵਿੱਚ ਛੋਟੇ ਛੋਟੇ ਰੁਜ਼ਗਾਰ ਖੁੱਸ ਰਹੇ ਨੇ। ਇਹ ਇੱਕ ਪਾਸੇ ਕਰੋਨਾ ਸੰਕਟ ਨਾਲ ਸਾਨੂੰ ਲੜਨਾ ਪੈ ਰਿਹਾ ਲੋਕਾਂ ਨੂੰ ਤੇ ਦੂਜੇ ਪਾਸੇ ਮਤਲਬ ਮੰਦੀ ਨਾਲ ਲੜਨਾ ਪੈ ਰਿਹਾ, ਭੁੱਖਮਰੀ ਵੀ ਸਾਹਮਣੇ ਆ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਹਾਲਾਤ ਇਹ ਬਣੇ। ਕੁਵੈਤ ਦੀ ਸਰਕਾਰ ਵਿੱਚ ਇੱਕ ਕਾਨੂੰਨ ਮਤਲਬ ਇੱਕ ਮਤਾ ਰੱਖਿਆ ਗਿਆ, ਉੱਥੋਂ ਦੀ ਸਰਕਾਰ ਨੇ ਪੇਸ਼ ਕੀਤਾ ਹੈ ਜਿਸ ਦੇ ਤਹਿਤ ਕੁਵੈਤ ਦੇ ਜਿਹੜੇ ਪ੍ਰਵਾਸੀਆਂ ਦੀ ਗਿਣਤੀ ਨੂੰ ਘੱਟ ਕਰਨ ਦੀ ਗੱਲ ਕੀਤੀ ਗਈ ਹੈ। ਮਤਲਬ ਕੁਵੈਤ ਸਰਕਾਰ ਚਾਹੁੰਦੀ ਹੈ ਕਿ ਉੱਥੇ ਜਿਹੜੇ ਪ੍ਰਵਾਸੀ ਨੇ ਕੰਮ ਕਰਨ ਆਉਂਦੇ ਨੇ ਵੱਡੀ ਗਿਣਤੀ ਦੇ ਵਿੱਚ, ਉਹਨਾਂ ਦੀ ਗਿਣਤੀ ਘਟਾ ਦਿੱਤੀ ਜਾਵੇ ਤੇ ਜੇ ਇਹ ਕਾਨੂੰਨ ਉੱਥੋਂ ਦੀ ਸੰਸਦ ਦੇ ਵਿੱਚ ਪਾਸ ਹੋ ਜਾਂਦਾ ਹੈ ਤਾਂ ਕੁਵੈਤ ਵਿੱਚ ਕੰਮ ਕਰਦੇ ਕਰੀਬ 8 ਲੱਖ ਭਾਰਤੀਆਂ ਨੂੰ ਦੇਸ਼ ਕੁਵੈਤ ਛੱਡਣਾ ਪਊਗਾ ਤੇ ਬੇਰੁਜ਼ਗਾਰੀ ਇੱਕ ਪਾਸੇ ਹੋਊਗੀ ਤੇ ਬੇਘਰ ਵੱਖਰੇ ਤੌਰ ਤੇ ਹੋਣਗੇ। ਇਸ ਸੰਬੰਧ ਵਿੱਚ ਨੌਜਵਾਨਾਂ ਨਾਲ ਉੱਥੋਂ ਦੀਆਂ ਨੇ ਜੋ ਗੱਲਬਾਤ ਹੋਈ ਆ, ਉੱਥੋਂ ਦੇ ਇੱਕ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਜੋ ਪੰਜਾਬ ਦੇ ਰੋਪੜ ਜ਼ਿਲ੍ਹੇ ਦਾ ਹੈ,
ਕਹਿੰਦਾ ਵੀ ਪਿਛਲੇ ਕਈ ਸਾਲਾਂ ਤੋਂ ਕੁਵੈਤ ਦੀ ਕੰਪਨੀ ਵਿੱਚ ਕੰਮ ਕਰਦਾ ਹੈ। ਹਰਪ੍ਰੀਤ ਨੇ ਦੱਸਿਆ ਕਿ ਕੁਵੈਤ ਵਿੱਚ ਕੇਰਲ ਅਤੇ ਪੰਜਾਬ ਦੇ ਹੀ ਸਭ ਤੋਂ ਵੱਧ ਗਿਣਤੀ ਜਿਹੜੇ ਲੋਕ ਨੇ ਉੱਥੇ ਗਏ ਹੋਏ ਨੇ, ਜੋ ਉੱਥੇ ਕੰਮ ਕਰਦੇ ਨੇ। ਉਹਨਾਂ ਕਿਹਾ ਕਿ ਜਿਸ ਦਿਨ ਤੋਂ ਉਹਨਾਂ ਨੂੰ ਕੁਵੈਤ ਸਰਕਾਰ ਦੇ ਪ੍ਰਸਤਾਵਿਤ ਕਾਨੂੰਨ ਬਾਰੇ ਪਤਾ ਲੱਗਿਆ ਤਾਂ ਉਸ ਦਿਨ ਤੋਂ ਵੀ ਉਸਦੇ ਨਾਲ ਕੰਮ ਕਰਨ ਵਾਲੇ ਜ਼ਿਆਦਾਤਰ ਮੁੰਡੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਹਨ। ਬੇਰੁਜ਼ਗਾਰੀ ਦੇ ਹੋਏ ਉਹ ਇਹਨਾਂ ਮੁਲਕਾਂ ਵਿੱਚ ਆਏ ਸੀ, ਜੇਕਰ ਹੁਣ ਵਾਪਸ ਜਾਣਾ ਤਾਂ ਸਾਡੇ ਪਰਿਵਾਰਾਂ ਕੀ ਹੋਊਗਾ, ਜੋ ਸਾਡੀਆਂ ਕਮਾਈਆਂ ਪਰਿਵਾਰ ਉਹਨਾਂ ਤੇ ਨਿਰਭਰ ਨੇ, ਤੇ ਇਸ ਕਰਕੇ ਉਹ ਬੜੀ ਚਿੰਤਾ ਦੇ ਵਿੱਚ ਨੇ। ਵੱਡੀ ਗਿਣਤੀ ਪੰਜਾਬੀ, ਉਹ ਕਹਿੰਦੇ ਵੀ ਇਹ ਸਾਨੂੰ ਪੰਜਾਬ ਚ ਰੁਜ਼ਗਾਰ ਮਿਲ ਜਾਂਦਾ ਤਾਂ ਅਸੀਂ ਇੱਥੇ ਕੀ ਕਰਨ ਆਉਂਦੇ, ਇਹ ਵੀ ਉਹਨਾਂ ਦਾ ਰੰਜ ਹੈਗਾ। ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ ਕਿ ਹਰ ਇੱਕ ਬੰਦਾ ਰੋਜ਼ੀ ਰੋਟੀ ਕਮਾਉਣ, ਆਪਣੇ ਪਰਿਵਾਰ ਦਾ ਢਿੱਡ ਪਾਲਣ ਬਾਹਰ ਜਾਂਦਾ, ਅਤੇ ਅਜਿਹੇ ਲਾਅ ਦੀ ਜਦੋਂ ਖਬਰ ਆਉਂਦੀ ਹੈ ਤਾਂ ਉੱਥੇ ਵੱਸਦੇ ਹਜ਼ਾਰਾਂ ਪੰਜਾਬੀ ਨੌਜਵਾਨ ਚਿੰਤਤ ਨੇ। ਖੈਰ, ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮਾਨ ਸਾਹਿਬ ਸਾਹਿਬ, ਤੁਸੀਂ ਸਾਨੂੰ ਪੂਰੀਆਂ ਖਬਰਾਂ 'ਤੇ ਅਪਡੇਟ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਔਰਕ ਸਾਹਿਬ, ਸਾਰੇ ਪੰਜਾਬ ਸਟਾਰ ਦੇਖਣ ਵਾਲੇ ਆਪਣੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਅਗਲੇ ਹਫ਼ਤੇ ਫਿਰ ਹਾਜ਼ਰ ਪਲੀਜ਼। ਸਾਰੇ ਦਰਸ਼ਕ ਦੇਖਦੇ ਰਹਿਣ ਪੰਜਾਬ ਸਟਾਰ ਟੀਵੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਅਤੇ ਨਵਾਂ ਐਪੀਸੋਡ ਲੈ ਕੇ ਜਲਦ ਤੁਹਾਡੇ ਰੂਬਰੂ ਹੋਵਾਂਗੇ, ਪੰਜਾਬ ਦੀਆਂ ਹੋਰ ਨਵੀਆਂ ਖਬਰਾਂ ਸਰਗਰਮੀਆਂ ਤੁਹਾਡੇ ਨਾਲ ਨਿਰਪੱਖਤਾ ਨਾਲ ਸਾਂਝੀਆਂ ਕਰਾਂਗੇ। ਹੁਣ ਦਿਵਾ ਗਿਆ, ਧੰਨਵਾਦ।